ਸਤਿ ਸ਼੍ਰੀ ਅਕਾਲ ਸ਼੍ਰੀਨਗਰ ਤੋਂ ਸਾਰਿਆਂ ਨੂੰ। ਅੱਜ ਆਪਾਂ ਡਲ ਗੇਟ ਇਲਾਕਾ ਅਤੇ ਡਲ ਝੀਲ ਘੁੰਮਾਂਗੇ। ਮੇਰੇ ਨਾਲ ਅਮਨਦੀਪ ਸਿੰਘ ਅਤੇ ਆਹ ਅਸੀਂ ਸਵੇਰੇ ਸਵੇਰੇ ਕੁਛ ਚਹਿਲਕਦਮੀ ਕਰ ਰਹੇ ਸੀ। ਉੱਥੋਂ ਦੀਆਂ ਵੀਡੀਓਜ਼ ਨੇ ਇਹ। ਡਲ ਗੇਟ ਨੇੜੇ ਸ਼੍ਰੀਨਗਰ ਦੀ ਮਸ਼ਹੂਰ ਅਤੇ ਬਹੁਤ ਹੀ ਸੋਹਣੀ ਡਲ ਝੀਲ, ਜਿਹੜੀਆਂ ਕਿ ਬਹੁਤ ਸਾਰੀਆਂ ਝੀਲਾਂ ਨੂੰ ਮਿਲ ਕੇ ਬਣੀ ਹੋਈ ਹੈ, ਜਾਂ ਇਹ ਕਹਿ ਲਈਏ ਕਿ ਇੱਕੋ ਝੀਲ ਨੂੰ ਵੱਖ ਵੱਖ ਇਲਾਕਿਆਂ ਵਿੱਚ ਵੰਡਿਆ ਗਿਆ ਅਤੇ ਉਹਨਾਂ ਦੀ ਖਾਸੀਅਤ ਅਨੁਸਾਰ ਉਹਨਾਂ ਦੇ ਨਾਮ ਦੇ ਦਿੱਤੇ ਗਏ। ਤਾਂ ਇਹ ਡਲ ਝੀਲ ਜਿਹੜੀ ਸ਼੍ਰੀਨਗਰ ਦਾ ਉਹ ਇਲਾਕਾ ਜਿੱਥੋਂ ਇਹ ਸ਼ੁਰੂ ਹੁੰਦੀ ਹੈ, ਪਹੁੰਚ ਗਿਆ ਸ਼ੁਰੂਆਤੀ ਘਾਟਾਂ 'ਤੇ ਅਤੇ ਉੱਥੇ ਆਪਣਾ ਬੁਕਿੰਗ ਕਰ ਰਿਹਾ ਸ਼ਿਕਾਰੇ ਦੀ, ਅਤੇ ਆਓ ਹੁਣ ਆਪਾਂ ਸ਼ਿਕਾਰੇ 'ਚ ਬੈਠੀਏ। ਲਓ ਵੀ ਆਪਾਂ ਰੋਡ ਤਾਂ ਸ਼ਿਕਾਰਾ, ਹੈਲਮਟ ਹੈਲਮਟ ਲਾਇਆ ਨਹੀਂ। ਉਹ ਬਾਈ ਟੇਢੀ ਹੋ ਗਈ, ਓਏ ਦੇਖੀ ਕਿਤੇ ਟੇਢੀ ਕਿਤੇ, ਉਹ ਚੱਕਰ ਕਿਉਂ ਮੰਨਦਾ, ਆਪੇ ਕੱਢਣਗੇ ਆਪੇ ਕੱਢਣਗੇ। ਓਏ ਮੈਨੂੰ ਤੈਰਨਾ ਵੀ ਨਹੀਂ ਆਉਂਦਾ, ਆਪੇ ਕੱਢਣਗੇ, ਆਵੇਂ ਤੈਰਨਾ ਵੀ ਆਤਾ। ਇਹ ਕਹੋ ਬੈਠਾ, ਉਹ ਕਹਿੰਦਾ ਕਹਿੰਦਾ ਡਬੋਂਦਾ। ਆਏ ਹਾਏ ਹਾਏ ਹਾਏ, ਹੌਲੀ ਜੇ ਬੈਠੀ ਹੋਏ, ਉਹ ਦੇਖੀ ਵਿਚਰਾ ਮਾਰ ਪਤੰਦਰਾ, ਕਦੇ ਡੇਗਦੇ। ਲਓ ਵੀ ਮਿੱਤਰੋ, ਚੱਲ ਪਿਆ ਆਪਣਾ ਸ਼ਿਕਾਰਾ। ਐਂ ਤਾਂ ਹੁਣ ਪਤਾ ਨਹੀਂ ਸ਼ਿਕਾਰਾ ਜਾ ਰਿਹਾ ਨਜ਼ਾਰਾ, ਸ਼ਿਕਾਰਾ ਜਾ ਰਿਹਾ ਨਜ਼ਾਰਾ। ਹਾਂ, ਅਤੇ ਉਹ ਉੱਧਰ ਆਪਣਾ ਅਮਨਾ ਬੈਠਣ ਨਾਲ, ਮੈਂ ਅਮਨਾ, ਉਹ ਪਿੱਛੇ ਬਾਈ ਕਿਸ਼ਤੀ ਚਲਾ ਰਿਹਾ, ਵਾਈਟ ਸ਼ਰਟ ਪਾ ਕੇ ਪੂਰਾ ਤਿਆਰ ਵਾਇਰ ਹੋਇਆ ਹੋਇਆ ਹੈ। ਨਹੀਂ ਸ਼ਿਕਾਰਾ ਲੈ ਸ਼ਿਕਾਰਾ, ਸ਼ਿਕਾਰੇ 'ਤੇ ਸ਼ਿਕਾਰਾ। ਆ ਬਾਈ ਆਪਣਾ ਉਹਨਾਂ ਆ ਗਿਆ, ਦਾ ਡਲ ਲੇਕ ਆ ਲਿਖਿਆ ਹੋਇਆ ਇਹਦੇ 'ਤੇ ਸਾਰਾ, ਦਾ ਡਲ ਲੇਕ ਪੈਰਾਡਾਈਜ਼ ਔਨ ਅਰਥ, ਧਰਤੀ ਉੱਤੇ ਸਵਰਗ ਹੈ। ਇਹਨੂੰ ਪੁੱਛੀ ਕੀ ਰੇਟ ਹੈ ਇੱਥੇ, ਕਦੇ ਫਿਰ ਆਉਣਾ ਬਾਈ। ਵਾਈਫਾਈ ਵੀ ਅਵੇਲੇਬਲ ਆ ਬਾਈ ਬੋਟ ਹਾਊਸ ਦੇ ਵਿੱਚ। ਹਾਂ ਬੈਠੇ ਨੇ ਸ਼ਿਕਾਰੇ, ਬੋਟ ਹਾਊਸ, ਬੋਟ ਹਾਊਸ ਅਤੇ ਸ਼ਿਕਾਰੇ ਆ ਰਹੇ ਸ਼੍ਰੀਨਗਰ ਦੇ ਨਜ਼ਾਰੇ। ਦੇਖਲਾ ਗੱਲਾਂ ਮਾਰਦੇ ਨੇ, ਆਪਾਂ ਨੂੰ ਤਾਂ ਸਮਝ ਨਹੀਂ ਆਉਂਦੀ ਕੀ ਕਹਿੰਦੇ ਨੇ। ਕਰਾਊਨ ਆਫ ਪੀਸ, ਵਾਹ, ਉਹ ਚੱਪਲਾਂ ਟੰਗੀ ਬੈਠਾ ਕਿਸ ਤਰੀਕੇ ਦਾ ਯਾਰ। ਐਨੂੰ ਜਾਂਦੀ ਆ ਇਹ ਡਲ ਲੇਕ, ਬਹੁਤ ਵੱਡੀ ਆ। ਉਹ ਸਾਹਮਣੇ ਵਾਦੀਆਂ ਚੋਟੀਆਂ ਸੋਰੀ ਦਿਖਾਈ ਦੇ ਰਹੀਆਂ ਨੇ, ਪਰ ਇਹ ਬੰਦੇ ਯਾਰ ਵਿੱਚੇ ਕੱਪੜੇ ਕੱਪੜੇ ਧੋਂਦੇ ਨੇ। ਇਹ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਡਰਾਬੈਕ ਹੈਗੀ ਆ। ਕਿਸ਼ਤੀਆਂ ਦੇ ਵਿੱਚ ਹੀ ਕੁਛ ਲੋਕ ਚਾਹ, ਕਾਹਵਾ ਅਤੇ ਹੋਰ ਚੀਜ਼ਾਂ ਵੇਚਦੇ ਫਿਰਦੇ ਹੁੰਦੇ ਨੇ, ਅਤੇ ਅਸੀਂ ਕਾਹਵਾ ਲਿਆ ਇੱਕ 40 ਰੁਪਏ ਦਾ, ਜਿਹਨੂੰ ਮੈਂ ਅਤੇ ਅਮਨੇ ਨੇ ਥੋੜ੍ਹਾ ਥੋੜ੍ਹਾ ਕਰਕੇ ਪੀਤਾ, ਕਿਉਂਕਿ ਅਣਜਾਣ ਚੀਜ਼ ਦੀ ਪਹਿਲਾਂ ਟੇਸਟ ਕਰਨਾ ਜ਼ਰੂਰੀ ਆ ਵੀ ਉਹ ਹੈ ਕਹੀ ਜੀ। ਮਿਸ਼ਨ ਕਸ਼ਮੀਰ ਦੀ ਸ਼ੂਟਿੰਗ ਇੱਥੇ ਹੋਈ ਸੀ, ਰਾਤਾਂ ਪਹਿਲਾਂ 12 ਵੱਜ ਗਏ ਸੀ, 12 ਵੱਜ ਗਏ ਸੀ ਰਾਤ। ਝੀਲ ਦੇ ਵਿੱਚੋਂ ਇੱਕ ਪਾਸੇ ਉਹ ਸ਼ੰਕਰਾਚਾਰਿਆ ਮੰਦਿਰ ਦਿਖਦਾ ਅਤੇ ਦੂਸਰੇ ਪਾਸੇ ਦਿਖਦਾ ਅਕਬਰ ਫੋਰਟ, ਉਹ ਵੀ ਇੱਕ ਪਹਾੜੀ ਦੇ ਉੱਪਰ ਬਣਿਆ ਹੋਇਆ। ਇੱਕੋ ਝੀਲ 'ਚ ਛੋਟੀਆਂ ਛੋਟੀਆਂ ਝੀਲਾਂ ਅਤੇ ਖਾਸੀਅਤ ਸ਼ਿਕਾਰੇ ਵਾਲਾ ਵੀਰ ਸਾਨੂੰ ਦੱਸੀ ਗਿਆ। ਆਹ ਸਾਹਮਣੇ ਲੋਟਸ ਲੇਕ ਹੈ, ਕਿਉਂਕਿ ਇੱਥੇ ਕਮਲ ਦੇ ਫੁੱਲ ਖਿੜਦੇ ਨੇ, ਅਤੇ ਪਿੱਛੇ ਓਪਨ ਲੇਕ ਕਿਹਾ ਜਾਂਦਾ। ਅਤੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਇਹ ਖਾਸੀਆਂ ਝੀਲਾਂ ਦਾ ਇੱਕ ਸਮੂਹ ਹੈ, ਜਿਹੜੀ ਸਾਰੀ ਨੂੰ ਆਪਾਂ ਡਲ ਲੇਕ ਕਹਿੰਦੇ ਹਾਂ। ਅੱਗੇ ਮੈਂ ਦਿਖਾਉਣ ਜਾ ਰਿਹਾ ਚੇਚੇਪੁਰ ਪਿੰਡ, ਜਿਹਦੇ ਆਲੇ ਦੁਆਲੇ ਝੀਲ ਹੈ ਅਤੇ ਇਹ ਇੱਕ ਟਾਪੂ ਵਾਂਗੂ ਵਸਿਆ ਹੋਇਆ। ਇਹਦੇ ਆਉਣ ਜਾਣ ਦਾ ਸਾਰਾ ਸਮਾਨ ਵਗੈਰਾ ਢੋਣ ਦਾ ਜਿਹੜਾ ਜਿੰਨਾ ਵੀ ਸਿਸਟਮ ਹੈ ਉਹ ਸਾਰਾ ਕਿਸ਼ਤੀਆਂ ਰਾਹੀਂ ਹੀ ਹੁੰਦਾ। ਲੋਕ ਇਸ ਪਿੰਡ ਦੇ ਵਿੱਚ ਇੱਕ ਟਾਪੂ ਦੇ ਰੂਪ 'ਚ ਰਹਿੰਦੇ ਨੇ। ਚੇਚੇਪੁਰ, ਚੇਚੇਪੁਰ, ਚੇਚੇਪੁਰ ਪਿੰਡ ਆ ਬਾਈ। ਅਸੀਂ ਤਾਂ ਦੋ ਨਹੀਂ ਕਰਾ ਲਈ, ਦੋਵੇਂ ਆ, ਪੈ ਆਉਣਾ ਦੇਖ ਲੈ।
चप्पू हो रहा है क्या चला लिए 600 च नबिड़े बोट हाउस बने हुए इथे लोग फोटो भी खिचाते ने कश्मीरी ड्रेस पा के चप्पू चला रहा ਫਾਰੂ ਠੀਕ ਆ ਵਧੀਆ ਸੀਜ਼ਨ ਆ ਉਰੇ ਹੁਣ ਪੂਰਾ ਪੀਕ ਸੀਜ਼ਨ ਆ ਤਾਂ ਕਰਕੇ ਰੈਂਟ ਵੀ ਕਾਫੀ ਆ ਬੋਟ ਹਾਊਸ ਹਰਾ ਕੀ ਅਸੀਂ ਹੁਣ ਨੋਟ ਕੀਤੀ ਆ ਸਾਰਾ ਡਰੈਸ ਕੋਡ ਸੇਮ ਆ ਜੀਨਸ ਬਲੈਕ ਟੀ ਸ਼ਰਟ ਆਪਣਾ ਫੋਟੋਆਂ ਖਿੱਚ ਰਿਹਾ देखने लिए बहुत बहुत शुक्रिया मेरे ते हमने वालों सारे सत श्री अकाल अगे मिलते हैं ये रात ही।